ਅੱਜ ਦੇ ਲੋਕਾਂ ਵਿੱਚ ਫਿਲਮਾਂ ਨੂੰ ਲੈ ਕੇ ਕਰੇਜ਼ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਦੱਸ ਦਈਏ ਲੋਕ ਸਿਨੇਮਾ ਘਰਾਂ ਤੋਂ ਵੱਧ OTT 'ਤੇ ਫਿਲਮਸ ਦੇਖਣਾ, OTT ਪਲੈਟਫਾਰਮਸ 'ਤੇ ਫਿਲਮ ਦੇਖਣਾ ਜ਼ਿਆਦਾ ਪਸੰਦ ਕਰਦੇ ਨੇ। ਜੀ ਹਾਂ, ਦੱਸ ਦਈਏ ਲੋਕ ਇਹ ਸੋਚਦੇ ਨੇ ਕਿ ਇਹ ਫਿਲਮ OTT ਪਲੈਟਫਾਰਮ 'ਤੇ ਆ ਜਾਏਗੀ ਤਾਂ ਉਸ ਦੀ ਉਡੀਕ ਜਿਹੜੀ ਆ ਫਿਲਮ ਦੀ OTT ਪਲੈਟਫਾਰਮ 'ਤੇ ਰਿਲੀਜ਼ ਹੋਣ ਤੱਕ ਕਰਦੇ ਨੇ। ਦੱਸ ਦਈਏ ਜਿਹੜੇ ਫੈਨਸ ਨੇ OTT ਪਲੈਟਫਾਰਮ 'ਤੇ ਉਹ ਇਸ ਦੀ ਫਿਲਮਾਂ ਦੀ ਉਡੀਕ ਜਿਹੜੀ ਆ ਉਹ ਕਰਦੇ ਨੇ, ਅਤੇ ਜਿਹੜੀ ਫਿਲਮ ਹੈ OTT 'ਤੇ ਵੀ ਕਾਫੀ ਸੁਪਰ ਹਿੱਟ ਜਿਹੜੀਆਂ ਹੁੰਦੀਆਂ ਨੇ। ਦੱਸ ਦਈਏ ਜਿਹੜਾ OTT ਪਲੈਟਫਾਰਮ 'ਤੇ ਜਿਹੜੀ ਫਿਲਮਾਂ ਨੇ ਉੱਥੇ ਓਰੀਜਨਲ ਕੰਟੈਂਟ ਜਿਹੜਾ ਹੈ ਬਹੁਤ ਹੀ ਵੇਖਣ ਨੂੰ ਮਿਲਦਾ ਹੈ, ਜੋ ਫੈਨਸ ਨੂੰ ਬੇਸਬਰੀ ਨਾਲ ਉਡੀਕ ਕਰਵਾਉਂਦਾ ਹੈ। ਦੱਸ ਦਈਏ ਅਗਸਤ ਦਾ ਮਹੀਨਾ ਵੀ ਫਿਲਮਾਂ ਅਤੇ ਵੈਬ ਸੀਰੀਜ਼ ਨਾਲ ਭਰਨ ਵਾਲਾ ਹੈ। ਜੀ ਹਾਂ, ਤੁਹਾਨੂੰ ਦੱਸ ਦਿੰਦੇ ਹਾਂ ਕਿ ਅਗਸਤ ਦੇ ਮਹੀਨਿਆਂ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਜਿਹੜੇ ਨੇ OTT 'ਤੇ ਰਿਲੀਜ਼ ਹੋਣ ਜਾਣਗੇ। ਤੁਸੀਂ ਸਭ ਤੋਂ ਪਹਿਲਾਂ ਇਹ ਸੁਣ ਲਓ। ਜੀ ਹਾਂ, ਤੁਹਾਨੂੰ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਫਿਰ ਆਈ ਹਸੀਨ ਦਿਲਰੁਬਾ। ਦੱਸ ਦਈਏ ਇਸ ਤੋਂ ਪਹਿਲਾਂ ਇਸਦਾ ਪਹਿਲਾ ਪਾਰਟ ਜਿਹੜਾ ਹੈ OTT 'ਤੇ ਰਿਲੀਜ਼ ਹੋਇਆ ਸੀ, ਜਿਹੜਾ ਫੈਨਸ ਵੱਲੋਂ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਗਿਆ। ਦੱਸ ਦਈਏ ਹਸੀਨ ਦਿਲਰੁਬਾ ਦੇ ਬਾਅਦ ਹੁਣ ਤਾਪਸੀ ਪੰਨੂ ਅਤੇ ਵਿਕਰਾਂਤ ਮੈਸੀ ਦੇ ਦੂਜੇ ਪਾਰਟ ਲੈ ਆਏ ਨੇ। ਫਿਰ ਆਈ ਹਸੀਨ ਦਿਲਰੁਬਾ ਵਿੱਚ ਸਨੀ ਹੁਨਰ ਵੀ ਨਜ਼ਰ ਆਉਣਗੇ ਅਤੇ ਨਾਲ ਹੀ ਇਹ ਫਿਲਮ ਜਿਹੜੀ ਦੱਸ ਦਈਏ 9 ਅਗਸਤ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ। ਅਤੇ ਦੂਜੀ ਫਿਲਮ ਦੀ ਗੱਲ ਕਰੀਏ ਤਾਂ ਲਾਈਫ ਹਿਲ ਕਈ ਦੱਸ ਦਈਏ ਐਕਸ਼ਨ ਲੋਕਾਂ ਦਾ ਦਿਲ ਜਿੱਤਣ ਵਾਲੇ ਮੁੰਨਾ ਬਾਈ ਹੁਣ ਕੌਮੇਡੀ ਕਰਦੇ ਨਜ਼ਰ ਆਉਣਗੇ, ਜੋ ਕੌਮੇਡੀ ਸਟੇਟ ਵੈਬ ਸੀਰੀਜ਼ ਆ ਰਹੀ ਹੈ। ਦੱਸ ਦਈਏ ਦੇਵਯੂ ਦੇ ਇਸ ਸੀਰੀਜ਼ ਵਿੱਚ ਕੁਸ਼ਾ ਕਪਿਲਾ ਲੀਡ ਰੋਲ ਵਿੱਚ ਨਜ਼ਰ ਆਵੇਗੀ। ਨਾਲ ਹੀ ਇਹ ਸੀਰੀਜ਼ ਜਿਹੜੀ ਹੈ ਇਹ ਵੀ 9 ਅਗਸਤ ਨੂੰ ਹੀ ਜਿਹੜੀ ਹੈ OTT ਪਲੈਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਅਗਲੀ ਫਿਲਮ ਦੀ ਗੱਲ ਕਰੀਏ ਤਾਂ ਕੁੜਚੜੀ ਜਿਹੜੀ ਫਿਲਮ ਹੈ ਉਹ ਸੰਜੇ ਦੱਤ ਅਤੇ ਰਵੀਨਾ ਟੰਡਨ ਨੂੰ ਇਕੱਠੇ ਇੱਕ ਵਾਰ ਫਿਰ ਤੋਂ ਲੈ ਕੇ ਆਵੇਗੀ। ਜੀ ਹਾਂ, ਦੱਸ ਦਈਏ ਸੰਜੇ ਅਤੇ ਰਵੀਨਾ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਰੋਮੈਂਸ ਕਰਦੇ ਦੇਖਿਆ ਜਾਵੇਗਾ। ਇਹ ਦੇਖਣ ਨੂੰ ਮਿਲਣ ਵਾਲਾ ਹੈ ਕਿ ਫਿਲਮ ਕਿੰਨੀ ਹੀ ਸ਼ਾਨਦਾਰ ਹੋਵੇਗੀ। ਦੱਸ ਦਈਏ ਫਿਲਮ ਵੀ ਜਿਹੜੀ ਹੈ 9 ਅਗਸਤ ਨੂੰ ਹੀ ਜੀਓ ਫਿਲਮ 'ਤੇ ਨਜ਼ਰ ਆਉਣ ਵਾਲੀ ਹੈ, ਅਤੇ 9 ਅਗਸਤ ਨੂੰ ਖੂਬ ਜਿਹੜੇ ਐਂਟਰਟੇਨਮੈਂਟ ਦੇ ਜਿਹੜੀ ਹੈ ਉਹ OTT ਪਲੈਟਫਾਰਮਸ 'ਤੇ ਆਉਣ ਵਾਲਾ ਹੈ। ਅਤੇ ਨਾਲ ਹੀ ਜੇ ਫਿਲਮ ਕਿਲ ਦੀ ਗੱਲ ਕਰੀਏ ਤਾਂ ਇਹ ਸਿਨੇਮਾ ਘਰਾਂ ਵਿੱਚ ਜਿਹੜੀ ਹੈ ਰਿਲੀਜ਼ ਹੋ ਚੁੱਕੀ ਸੀ। ਨਿਸ਼ਾਨ ਅਤੇ ਰਾਘਵ ਜੁਆਲ ਦੀ ਇਹ ਫਿਲਮ ਜਿਹੜੀ ਹੈ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੂੰ ਜਿਹੜੀ ਕਾਫੀ ਜ਼ਿਆਦਾ ਪਸੰਦ ਆਈ ਸੀ। ਦੱਸ ਦਈਏ ਫਿਲਮ ਵੀ ਹੁਣ ਅਗਸਤ ਵਿੱਚ ਜਿਹੜੀ ਹੈ OTT ਪਲੈਟਫਾਰਮ ਹੌਟਸਟਾਰ ਪਲੱਸ 'ਤੇ ਜਿਹੜੀ ਹੈ ਉੱਥੇ ਰਿਲੀਜ਼ ਹੋਣ ਵਾਲੀ ਹੈ, ਅਤੇ ਦੇਖਿਆ ਜਾਵੇਗਾ ਹੁਣ ਇਹ OTT ਪਲੈਟਫਾਰਮਸ 'ਤੇ ਕਿੰਨੇ ਹੀ ਜਿਹੜਾ ਕਿੰਨਾ ਹੀ ਕਮਾਲ ਕਰਦੀ ਹੈ ਅਤੇ ਲੋਕਾਂ ਦਾ ਦਿਲ ਕਿੰਨਾ ਹੀ ਜਿੱਤਦੀ ਹੈ।